ਸ੍ਰੀ ਕਲ ਸਾਰਿਆਂ ਨੂੰ ਜੀ ਹਾਂਜੀ ਅੱਜ ਦੀ ਤਾਜ਼ਾ ਅਪਡੇਟ ਆਪ ਸਭ ਨਾਲ ਡਿਸਕਸ ਕਰਾਂਗੀ ਸੋ ਇਸ ਖਬਰ ਨੂੰ ਆਪਾਂ ਡਿਟੇਲ ਵਿੱਚ ਪੜ੍ਹੀਏ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਰੋਜ਼ਾਨਾ ਦੀਆਂ ਤਾਜ਼ਾ ਤੇ ਅਹਿਮ ਖਬਰਾਂ ਸਾਡੇ ਚੈਨਲ ਤੋਂ ਆਸਾਨੀ ਦੇ ਨਾਲ ਸੁਣ ਸਕੋ ਸੋ ਅੱਜ ਦੀ ਖਬਰ ਜਿਹੜੀ ਹੈਗੀ ਆ ਉਹ ਇੱਕ ਤਾਂ ਸਕੂਲ ਦੇ ਬੱਚਿਆਂ ਨਾਲ ਜੁੜੀ ਹੋਈ ਹੈ ਉਹ ਆਪਾਂ ਡਿਸਕਸ ਕਰਾਂਗੇ ਦੂਸਰੀ ਹੈਗੀ ਹੈ ਜੀ ਔਰਤਾਂ ਦੇ ਖਾਤੇ ਵਿੱਚ ਜੋ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਏ ਕਦੋਂ ਆਣਗੇ ਉਹ ਵੀ ਆਪਾਂ ਪ੍ਰੋਪਰਲੀ ਡਿਸਕਸ ਕਰਾਂਗੇ ਸੋ ਸ਼ੁਰੂ ਕਰਦੇ ਆਂ ਅੱਜ ਦੀ ਅਹਿਮ ਖਬਰ ਸਭ ਤੋਂ ਪਹਿਲਾਂ ਅਸੀਂ ਇਸ ਪ੍ਰੈਸ ਨੋਟ ਬਾਰੇ ਗੱਲ ਕਰਦੇ ਹਾਂ ਜਿਸ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਲਿਖਿਆ ਹੋਇਆ ਤੇ ਉਹਨਾਂ ਨੇ ਨਾਲ ਹੀ ਮੈਂਸ਼ਨ ਕੀਤਾ ਹੈ ਵੀ ਇਹਦੇ ਵਿੱਚ ਪੇਪਰ ਜਿਹੜੇ ਟਰਮ 2 ਦੇ ਐ ਮੁਲਤਵੀ ਕੀਤੇ ਜਾਣਗੇ 10 April ਤੱਕ ਜਿਹੜੇ ਸਕੂਲ ਬੰਦ ਰਹਿਣਗੇ ਸੋ ਇਹ ਜਿਹੜਾ ਨੋਟੀਫਿਕੇਸ਼ਨ ਹੈ ਬਿਲਕੁਲ ਹੀ ਫੇਕ ਹੈ ਕਿਉਂਕਿ ਅਵੇਂ ਦਾ ਕੋਈ ਵੀ ਲੈਟਰ ਜਾਂ ਪ੍ਰੈਸ ਨੋਟ ਪੰਜਾਬ ਸਰਕਾਰ ਜਾਂ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਵੱਲੋਂ ਜਾਰੀ ਨਹੀਂ ਕੀਤਾ ਗਿਆ ਇਹ ਕਿਸੇ ਸ਼ਰਾਰਤੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿਸੇ ਨੇ ਕੀਤਾ ਹੋਇਆ ਕਿਸੇ ਗਰੁੱਪ ਦੇ ਵਿੱਚ ਅੱਗੇ-ਅੱਗੇ ਜਿਹੜਾ ਸੈਂਡ ਕਰਤਾ ਇਹਦੇ ਵਿੱਚ ਜਿਹੜਾ ਕੰਟਰੋਲਰ ਪ੍ਰੀਖਿਆਾਂ ਦੇ ਸਾਈਨ ਵੀ ਇੱਥੋਂ ਹੀ ਸਾਨੂੰ ਪਤਾ ਲੱਗ ਜਾਂਦਾ ਵੀ ਬਿਲਕੁਲ ਫੇਕ ਨੇ ਸੋ ਇਹ ਜਿਹੜਾ ਸਾਰਾ ਜਿਹੜਾ ਲੈਟਰ ਹੈ ਇਹ ਇਹ ਝੂਠਾ ਹੈ ਇਹ ਬਿਲਕੁਲ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਸਕੂਲ ਬੰਦ ਰਹਿਣਗੇ ਜਾਂ ਟਰਮ 2 ਦੇ ਪੇਪਰ ਮਲਤਵੀ ਹੋਣਗੇ ਤਾਂ ਇਸ ਇਹੋ ਜਿਹੀਆਂ ਛੁੱਟੀਆਂ ਖਬਰਾਂ ਸਾਨੂੰ ਉਹਨਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਕਨਫਿਊਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਆਫੀਸ਼ੀਅਲੀ ਵੈਬਸਾਈਟ ਦੇ ਉੱਤੋਂ ਜਾ ਕੇ ਅਸੀਂ ਉੱਥੋਂ ਦੇਖ ਸਕਦੇ ਹਾਂ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਪਣੀ ਵੈਬਸਾਈਟ ਆਫੀਸ਼ੀਅਲੀ ਉੱਥੋਂ ਜਾ ਕੇ ਅਸੀਂ ਸਾਰੇ ਜਿਹੜੇ ਆਫੀਸ਼ੀਅਲ ਨੋਟੀਫਿਕੇਸ਼ਨ ਆ ਪੜ ਸਕਦੇ ਹਾਂ ਸੋ ਇਹ ਜਿਹੜਾ ਨੋਟੀਫਿਕੇਸ਼ਨ ਬਿਲਕੁਲ ਗਲਤ ਹੈ ਸੋ ਅਗਲੀ ਖਬਰ ਹੈ ਜੀ ਪੰਜਾਬ ਸਰਕਾਰ ਨੇ ਇੱਕ ਸਰਕਾਰ ਬਣਨ ਤੋਂ ਪਹਿਲਾਂ ਇਹ ਕਿਹਾ ਸੀ ਵੀ ਉਹ ਔਰਤਾਂ ਨੂੰ 1000 ਰੁਪਏ ਉਹਨਾਂ ਦੇ ਖਾਤੇ ਵਿੱਚ ਉਹ ਕਰਨਗੇ ਸੋ ਉਹਨਾਂ ਨੇ ਇਹ ਚੀਜ਼ ਤੇ ਹਜੇ ਕੋਈ ਐਲਾਨ ਨਹੀਂ ਕੀਤਾ ਬਟ ਉਹਨਾਂ ਨੇ ਇੱਕ ਭਰੋਸਾ ਜ਼ਰੂਰ ਦਿਤਾਇਆ ਵੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੌਲੀ ਹੌਲੀ ਸਾਰੇ ਕੰਮਾਂ ਨੂੰ ਲੀਹਾਂ ਤੇ ਲੈ ਕੇ ਆਉਣਗੇ ਸੋ ਉਹਨਾਂ ਨੇ ਨੌਕਰੀਆਂ ਨੂੰ ਲੈ ਕੇ ਕਾਫੀ ਐਲਾਨ ਕਰ ਦਿੱਤੇ ਆ 25 ਲੱਖ ਦੇ ਪ੍ਰੋਕਸੀਮੇਟਲੀ ਜਿਹੜੀਆਂ ਪੰਜਾਬ ਦੇ ਵਿੱਚ ਨਵੀਆਂ ਨੌਕਰੀਆਂ ਕੱਢੀਆਂ ਜਾਣਗੀਆਂ ਸੋ ਉਹਨਾਂ ਨੇ ਔਰਤਾਂ ਦੇ ਬੱਚਿਆਂ ਦੇ ਕਿਸਾਨਾਂ ਲਈ ਵੀ ਐਲਾਨ ਕਰ ਰਹੇ ਨੇ ਜਿਵੇਂ ਜਿਵੇਂ ਐਲਾਨ ਕਰ ਰਹੇ ਨੇ ਓਵੇਂ ਓਵੇਂ ਸਾਡੇ ਕੋਲ ਕੋਈ ਵੀ ਖਬਰ ਆਉਂਦੀ ਹੈ ਅਸੀਂ ਤੁਹਾਡੇ ਨਾਲ ਜਰੂਰ ਡਿਸਕਸ ਕਰਾਂਗੇ ਸੋ ਉਹਨਾਂ ਨੇ ਔਰਤਾਂ ਦੇ ਖਾਤੇ ਵਿੱਚ ਇਹ ਜਿਹੜੀ ਗੱਲ ਕਹੀ ਸੀ ਵੀ 1000 ਰੁਪਏ ਪੈਣਗੇ ਉਹ ਜਦੋਂ ਵੀ ਕੋਈ ਇਹਦੇ ਨਾਲ ਕੋਈ ਵੀ ਸਬੰਧਿਤ ਉਹਨਾਂ ਨੇ ਕੋਈ ਅਨਾਉਂਸਮੈਂਟ ਕੀਤੀ ਹੈ ਜੇ ਤਾਂ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਸੀ ਤੁਹਾਡੇ ਨਾਲ ਦੀ ਨਾਲ ਡਿਸਕਸ ਕਰਾਂਗੇ ਸੋ ਜੁੜੇ ਰਹੋ ਜੀਨੀਅਸ ਸਟਡੀ ਹਬ ਚੈਨਲ ਦੇ ਨਾਲ ਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਰੋਜ਼ਾਨਾ ਦੀਆਂ ਤਾਜ਼ਾ ਤੇ ਅਹਿਮ ਖਬਰਾਂ ਪ੍ਰਾਪਤ ਕਰ ਸਕੋ ਧੰਨਵਾਦ ਜੀ